ਪੀਰਵਾਚ ਹਾਂਜੀ ਪੀਰਵਾਚ ਦਾ ਬਲੌਗ ਸ਼ੁਰੂ ਕਰ ਰਹੇ ਹਾਂ ਤੇ ਨਾਲ ਜਾ ਰਿਹਾ ਸਾਡੇ ਹਰਮਨ ਤੇ ਨਾਲ ਜਾ ਰਿਹਾ ਹੈ ਸੁਖਪ੍ਰੀਤ ਸਿੰਘ ਚਹਿਲ ਤੇ ਫਤਿਹ ਸਿੰਘ ਚਹਿਲ ਠੀਕ ਹੈ ਅੱਜ ਆਪਾਂ ਲੈ ਕੇ ਆਉਣਾ ਬੈਂਪਰ ਦਾ ਸਰਵਾਜਾ ਸਾਰਾ ਨਾਲ ਲੱਗਦਾ ਜਿਹੜਾ ਤੇਰੇ ਸਾਡਾ ਬੈਠੇ ਨੇ ਉਹ ਤਾਂ ਬੰਦੇ ਨਹੀਂ ਕਰਦਾ ਇਹਨਾਂ ਨਾਲ ਨਹੀਂ ਹੋਇਆ ਇਧਰ ਨਾ ਕੈਮਰਾ ਆਪਣਾ ਇਹ ਜਿਹੜਾ ਚਲ ਹੁਣ ਬੋਲ ਦੇ ਨਾਲ ਜਾ ਰਿਹਾ ਮੈਂਬਰ ਨਾ ਗਲਤ ਹੋ ਗਈ ਕੋਈ ਨਾ ਲੱਖਾ ਕਰਿਆ ਸਟਾਰਟ ਹਾਂ ਕਰਿਆ ਪਿਆ ਜਾਲ ਨਾਲ ਜਾ ਰਿਹਾ ਮੇਰਾ ਭਤੀਜ ਲੱਖਾ ਤੇ ਨਾਲ ਜਾ ਰਿਹਾ ਹੈ ਲੱਭੀ ਮੈਂ ਕੀ ਕਰਨੇ ਆਂਦੇ ਵਜੇ ਆਪਾਂ ਆਪਾਂ ਜਾ ਰਹੇ ਹਾਂ ਬੁੱਕ ਦਾ ਸਮਾਨ ਲੈਣ ਹਾਂ ਦੇਣ ਵਾ ਠੀਕ ਮੈਂ ਪੁੱਛ ਲਉ ਦੋਵੇਂ ਮਿੱਤਰ ਆਪਾਂ ਜਾਂਦੇ ਆਂ ਬਰਨਾਲੇ ਤੇ ਬੱਬਰ ਦਾ ਸਮਾਨ ਘੱਟ ਗਿਆ ਜੀ ਬੁੱਢਾ ਕਹਿੰਦਾ 35 ਇੰਚ ਲੋ ਬੋਲੇ ਸਮਾਨ ਘੱਟ ਗਿਆ ਉਹ ਲੈਣ ਜਾਂਦੇ ਆਂ ਲਓ ਬਈ ਫਿਰ ਪਹੁੰਚ ਚੁੱਕੇ ਆਪਾਂ ਇੰਚ ਆ ਜੂ ਸਕਾਰਪੀਓ ਜਿਹਾ ਗਾਣੇ ਸੁਣ ਕੇ ਲੱਕੜ ਇੰਸਟਾਗ੍ਰਾਮ ਵਾਲਾ ਯਾਰ ਖੂੰਜੇ ਤੱਕ ਮਿਣਿਆ ਸਾਰਾ 75 ਦਾ ਇਕੱਠੇ ਡਿੱਗ ਜੇ ਮਗਰ ਡਿੱਗੀ ਖੋਲ ਲਾਂਗੇ ਡਿੱਗੀ ਖੋਲੀ ਇਕੱਠੇ ਦੇਖ ਲਓ ਇਹ ਤੱਕ
ਕੰਪਨੀ ਨੂੰ ਡਬਲ ਕਰਦੇ ਆਹ ਇਨਸਾਨੀ ਰਾਜ ਪਈ ਉੱਥੇ ਜਾ ਕੇ ਇਹਨੂੰ ਸਿੱਟ ਲਿਆ ਜੋ ਗਲਤੀ ਹੋਈ ਲੁੱਟਦੇ ਨੀ ਤੈਨੂੰ ਗਲਤ ਕੱਢਾਂਗੇ ਪੱਚੀ ਦੇ ਰਹਿ ਗਿਆ ਹਨਾ ਐ ਚ ਗਲਤ ਕੱਢਾਂਗੇ ਚਾਚਾ ਹੀ ਲੱਗਿਆ ਤੇਰਾ ਡੈਡੀ ਜੀ ਲੱਗਿਆ ਇਹ ਮਰਵਾਉਣਗੇ ਮਾੜਾ ਪੁੱਛ ਲੈ ਉਹਨੂੰ ਫੋਨ ਲਾ ਕੇ ਮਾੜਾ ਪੁੱਛੀ ਯਾਰ ਮਾੜਾ ਓ ਯਾਰ ਲੋੜ ਹੀ ਨਹੀਂ ਪੁੱਛਣ ਦੀ ਬਸ ਬੈਲਟ ਬੁਰਾ ਲੱਗਦਾ ਮੱਕਾ ਜਮਾ ਨਹੀਂ ਪਤਾ ਵੀ ਨਹੀਂ ਲੱਗਦਾ ਉਹ ਟੁੱਟ ਜਾਂਦਾ ਚੱਲ ਕੋਈ ਨਹੀਂ ਤਾਂ ਤੇਰੇ ਵਾਲੇ ਟ੍ਰੈਡ ਦੀ ਲੱਗਣਾ ਰਵਾਂ ਜਾ ਹੌਲੀ ਤੋਰ ਲੈ ਰਹੀ ਮੈਂ ਤਾਂ ਲਵਾਉਂਦਾ ਨਹੀਂ ਲਾਲਾ ਮੜਾ ਫੋਨ ਪੁੱਛੀ ਕੇ ਸਾਈਡ ਵਾਲੇ 850 ਸਾਈਡ ਵਾਲੇ ਕਰਨ ਜੇ ਕਿੰਨੇ ਭਾਈ ਵਾਂਗ ਮੇਰੇ ਹੱਥ ਤੇ ਬਾਹਰ ਰਹਿਣ ਤੋਂ ਖੁਦ ਮੇਰੇ ਹੱਥ ਤੇ ਲਵਾਉਣਗੇ ਮੇਰੇ ਸਾਲੇ ਐ ਨਹੀਂ ਲੱਗਣ ਹੁੰਦਾ ਮੈਂ ਇੱਕ ਮਿੰਟ ਬੜਾ ਕਨਫਰਮ ਕਰ ਲਈ ਡੈਡੀ ਉਸਕੀ ਕੋਈ ਵੱਡੀ ਗੱਲ ਹੈ ਵੀਰਾ ਕੱਢ ਕੇ ਲਾ ਲਾਂਗੇ ਚੱਕ ਕੇ ਤਾਂ ਉੱਥੇ ਟਰਾਂ ਉਹ ਬਾਈ ਨਾ ਇੱਕ ਮਿੰਟ ਬੜਾ ਮੈਂ ਇੱਕ ਮਿੰਟ ਬੜਾ ਵਿੱਚ ਦੇ ਉੱਪਰ ਕੰਮ ਕਰ ਰਿਹਾ ਹਾਂ ਪਰੇ ਹੋਵੋ ਲਓ ਜੀ ਸਰਪੰਚ ਕਹਿੰਦਾ ਮੈਂ ਪਾਰਟੀ ਕਰੂੰਗਾ ਵੀ ਮੇਰੇ ਬੰਪਰ ਟਰੈਕਟਰ ਤੇ ਅੱਜ ਬੰਪਰ ਲੱਗਣ ਜਾ ਰਿਹਾ ਪਾਰਟੀ ਨੂੰ ਇੰਨੇ 'ਚ ਪੈ ਗਈ ਲੈ ਕਰਦੇ ਕੱਲੇ ਬਰਿੰਜਣੇ ਉਹ ਖੋਲ ਦੇ ਏਸੀ ਛੱਡ ਦੇ ਬਾਈ ਬਣੇ ਫੁੱਲ ਕਰਦੇ ਫੁੱਲ ਲਿਆਂਦਾ ਲੋਹਾ ਮਿਸਤਰੀ ਬਣ ਗਏ ਉਹ ਕੰਪਲੀਟ ਹੋ ਗਏ ਆ ਲੈ ਜੋੜ ਜਾ ਦੇਖਣਾ ਹਟ ਗਿਆ ਹਟ ਜਾਗਾ ਮਗਰੋਂ ਕਰੂ ਲੋਟ ਇਹ ਗੱਲ ਬਣਾ ਦੀ ਮਿੱਤਰੋ ਮਿੱਤਰੋ ਲੱਭੀ ਬਣਾਤਾ ਆਪਾਂ ਹੋਰ ਮੈਣਾ ਜਿਹਾ ਸਿਖਾਤੀ ਚਲਾਉਣੀ ਮਸ਼ੀਨ ਹੌਲੀ ਰੱਖੇ ਬਾਹਰ ਮਸ਼ੀਨ ਨਾਲ ਨਾ ਧੱਕਾ ਕਰ ਟਰੈਕਟਰ ਨਾਲ ਚੱਲ ਜਾਂਦਾ ਇਹ ਖੜ ਜੂਗੀ ਲਓ ਵੀ ਮਿੱਤਰੋ ਪ੍ਰੀਤ ਦਾ ਆਪਣਾ ਬੰਪਰ ਹੋ ਗਿਆ ਪੂਰਾ ਰੈਡੀ ਅਤੇ ਦੂਜੇ ਸਵਰਾਜ ਦਾ ਵੀ ਰੈਡੀ ਆ ਅਤੇ ਆਹ ਵਾਲੇ ਵੀ ਆਪਾਂ ਚੱਲ ਰਿਹਾ ਪ੍ਰੋਸੈਸ 'ਚ ਦੇਖੋ ਘਰ ਵਿੱਚ ਇੱਕ ਅਤੇ ਬਾਈ ਜੀ ਜਿਹੜੀ ਤਾਹਾਂ ਲੱਗਣੀ ਉਹ ਮਿਸਤਰੀ ਹੋਏ ਮਾੜਾ ਵੱਢੀ ਜਾਂਦਾ
ਇਹ ਵੀ ਲਾ ਕੇ ਦਿਖਾਉਣੇ ਤੁਹਾਨੂੰ ਕਿਵੇਂ ਲੱਗਣੀ ਹੁਣ। ਤਾਂ ਧਰ ਦੇ ਮਿਸਤਰੀ ਮਾੜਾ। ਬਸ 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 ਚਲੋ ਤਾਂ ਲੈ ਜੂ ਮਾੜਾ ਲਾਹੀ ਹੱਥ ਨਾਲ। ਲੈ ਗਿਆ ਲੈ ਗਿਆ, ਲਾ ਦੇ ਹੁਣੀ ਲਾ ਦੇ ਹੁਣੀ ਲਾ ਦੇ। ਬਸ ਥੱਲੋ ਥੱਲੋ ਓਕੇ ਆ। ਮਿਸਤਰੀ ਵਾਧੂ ਆ, ਘੈਂਟਾ ਪੂਰਾ ਇੱਕ ਚ ਹੈ, ਪੂਰਾ ਓਕੇ ਹੈ। ਲਓ ਵੀ ਮਿੱਤਰੋ ਕਰੋ ਚੈੱਕ, ਬੋਡੀ ਆਲਮੋਸਟ ਬਣ ਗਈ ਸਾਰੀ, ਅਤੇ ਬਸ ਉੱਪਰਲੀ ਚਾਦਰ ਹੋਣੀ ਆ ਹੁਣ। ਐਂਗਲ ਵੀ ਲੱਗੂ ਨਾ ਵਿਚਾਲੇ, ਐਂਗਲ ਹਾਂ ਇੱਕ ਐਂਗਲ ਲਵਾਂਗੇ ਵਿਚਾਲੇ। ਗੁੜੀਆਂ 'ਚ ਕੰਮ ਕਿਵੇਂ ਹਾਰ ਥਾ ਬੜਾ ਹਜਰ ਨੂੰ ਹੋਜੂ। ਦੋਨੇ ਤਿੰਨਾਂ ਬੰਪਰਾਂ ਤੇ ਆਪਾਂ ਪਟੀਨ ਭਰਤੀ, ਚੌਥਾ ਬੜਾ ਜਿਹਾ ਥੋੜਾ ਜਿਹਾ ਪੱਕਾ ਹੋਣ ਵਾਲਾ ਰਹਿ ਗਿਆ, ਤੇ ਹੁਣ ਕਰਦੇ ਇਹਨਾਂ ਦੇ ਕਲਰ ਕਰਨ ਲਾ ਦਿਆਂ। ਦੇਖ ਸਕਦੇ ਆ ਪੂਰੀ ਪਟੀਨ ਭਰਤੀ, ਤੇ ਕਲਰ ਕਰਕੇ ਫਿਰ ਮਿਲਦੇ ਤੁਹਾਨੂੰ। ਲਓ ਬਈ ਮਿੱਤਰੋ, ਆਪਣੇ ਉਹ ਚੌਥਾ ਬੰਪਰ ਵੀ ਲੱਗ ਰਿਹਾ, ਅਤੇ ਇੱਕ ਬੰਪਰ ਦਾ ਆਪਾਂ ਪੇਂਟ ਕਰਤਾ ਰੈਡੀ, ਅਤੇ ਇਹਦੇ ਵੀ ਹੁਣ ਪੇਂਟ ਮਾਰ ਰਿਹਾ ਸੀ, ਅਤੇ ਦੁਬਾਰਾ ਮਾਰਦੇ ਹਾਂ ਸਵਰਾਜ ਵਾਲੇ ਦੇ ਆਪਣੇ ਵਾਲੇ ਜਿਹੜਾ ਹੁਣ ਆਹ ਖੜਾ ਗਾ, ਇਹਦੇ ਲਾ ਕੇ ਲੈ ਕੇ ਚੱਲਾਂਗੇ ਆਪਾਂ। ਲਓ ਬਈ ਮਿੱਤਰੋ, ਬੰਪਰ ਆਪਣੇ ਕੱਲ੍ਹ ਹੋਈ ਸੀ ਰਾਤ ਰੈਡੀ, ਅਤੇ ਪ੍ਰੀਤ ਦੇ ਵੀ ਕਸਤਾ, ਅਤੇ ਸਵਰਾਜ ਆਪਾਂ ਉੱਥੋਂ ਕੱਸ ਕੇ ਲੈ ਕੇ ਗਏ ਸੀਗੇ, ਅਤੇ ਜਿਹੜੇ ਦੋ ਬੰਪਰ ਹੋਰ ਸੀਗੇ ਉਹ ਆਪਣਾ ਇੱਕ ਤਾਂ ਪਿਆ ਗਾ, ਇੱਕ ਮਿਸਤਰੀ ਜੀ ਰਹਿ ਗਿਆ, ਪੇਂਟ ਰਹਿ ਗਿਆ ਸੀ ਥੋੜ੍ਹਾ ਜਿਹਾ, ਅਤੇ ਉਹ ਵੀ ਕਸ ਦਿਆਂਗੇ। ਅਤੇ ਅੱਜ ਦੇ ਵਲੋਗ 'ਚ ਇੰਨੀ, ਜੇ ਵਲੋਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਅਗਲੇ ਵਲੋਗ 'ਚ। ਦੇਖੋ ਬੰਪਰ ਕਰੋ ਚੈੱਕ ਲੋਕਾਂ। ਓ ਗੈਂਗ ਸਾਈਨ ਹੱਥਾਂ ਦਾ ਸਿਰੋ ਕਰਦਾ।